ਦੋਸਤੋ ਕੀ ਹਾਲ ਚਾਲ ਨੇ ਜਨਾਬ, ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਅਤੇ ਜਨਾਬ ਅੱਜ ਵੀ ਮੈਂ ਲੈ ਕੇ ਆਇਆ ਜਿਹੜਾ ਕਿ ਮੇਰੇ ਖੱਬੇ ਪਾਸੇ ਇੱਕ ਮੈਂ ਖੜੋਤੀ ਏ, ਇਹ ਮੈਂ ਜਨਾਬ ਸੁਵਣ ਵਾਲੀ ਏ, ਇਹ ਕਿਨਵਾਂ ਸੁਬਾਹ ਸੁਵੇਗੀ ਇਹ ਮੈਂ ਮਾਲਕ ਤੋਂ ਪੁੱਛ ਲਵਾਂਗਾ। ਅਤੇ ਕੈਮਰਾਮੈਨ ਸਾਹਿਬ, ਇਸ ਮੈਂ ਦੀ ਜਨਾਬ ਤੁਸੀਂ ਕਰਾਓ ਤਸੱਲੀ ਜਨਾਬ ਸਭ ਤੋਂ ਪਹਿਲੇ, ਉਸ ਤੋਂ ਬਾਅਦ ਆਪਾਂ ਇਸ ਮਾਲਕ ਤੋਂ ਪੁੱਛ ਲਵਾਂਗੇ ਵੀ ਜਨਾਬ ਇਹ ਕਿਨਵਾਂ ਸੁਬਾਹ ਸੁਵੇਗੀ ਅਤੇ ਕੀ ਇਹ ਕਰਦੀ ਰਹੀ, ਇਹ ਕਰਦੀ ਹੈ ਜਾਂ ਉਹਦੀ ਬਾਹਰ ਦੀ ਏ, ਇਹ ਸਾਰਾ ਕੁਝ ਜਨਾਬ ਆਪਾਂ ਉਹਦੇ ਤੋਂ ਹੀ ਪੁੱਛ ਲਵਾਂਗੇ। ਇਹ ਤੁਸੀਂ ਵੇਖ ਰਹੇ ਹੋ ਜਨਾਬ, ਇਹ ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਰਿਹਾ ਜਨਾਬ, ਮੈਂ ਇਹਦਾ ਕੀ ਹਿਸਾਬ ਕਿਤਾਬ ਹੈ ਉਹ ਮੈਂ ਮਾਲਕ ਨੂੰ ਪੁੱਛਾਂਗਾ। ਬਾਕੀ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ। ਅਰਸ਼ਦ ਅਲੀ ਟੀ ਵੀ ਚੈਨਲ ਬ੍ਰਾਂਡ ਚੀਜ਼ਾਂ ਚੜ੍ਹਾਉਂਦਾ ਜਨਾਬ, ਅਤੇ ਬ੍ਰਾਂਡ ਚੈਨਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਤੇ ਨਾ ਹੀ ਕੋਈ ਕੂੜ ਸ਼ਰਾਪੇ, ਨੀਲੀ ਅਤੇ ਰਾਵੀ ਦੀਆਂ ਜਨਾਬ ਮੈਂ ਮੱਝਾਂ ਪਾਉਣ ਅਤੇ ਪਿਓਰ ਨੀਲੀ 'ਚ ਮੈਂ ਫਿਰਨਾ, 3 ਮਹੀਨੇ ਮੈਨੂੰ ਹੋ ਚੱਲੇ ਨੇ। ਇਹ ਗੱਲ ਤੁਸੀਂ ਆਪ ਵੀ ਵੇਖ ਲਈਏ ਅਤੇ ਮੇਰੀ ਹਰ ਜਿਹੜੀ ਵੀਡੀਓ ਹੈ ਉਹ ਕਿੱਥੋਂ ਆਉਂਦੀ ਹੈ। ਅਤੇ ਆ ਕੈਮਰਾਮੈਨ ਸਾਹਿਬ ਇਹਦਾ ਸਵਾਰ ਕੇ ਬਹਾਨਾ ਵਿਖਾ ਦਿਓ, ਕਿਉਂਕਿ ਜੱਟ ਲੋਕ ਬੰਦੇ ਆਪਣੇ ਨਾਲ ਜੁੜੇ ਹੁੰਦੇ ਨੇ ਅਤੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ, ਅਤੇ ਫਿਰ ਜਨਾਬ ਉਹ ਕਹਿੰਦੇ ਨੇ ਵੀ ਅਰਸ਼ਨ ਨੂੰ ਕਹਿੰਦੇ ਹਾਂ ਵੀ ਕੋਈ ਫੋਟੋ ਬਣਾ ਕੇ ਸਿੱਟ ਦੇਵੇ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਹੋ, ਮੈਂ ਦੁਬਾਰਾ ਤਾਂ ਤਸੱਲੀਆਂ ਕਰਾਉਣਾ ਵੀ ਕਿਸੇ ਕਿਸਮ ਦੀ ਇਹਦੇ 'ਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ। ਅਤੇ ਬਸ ਇਹਨਾਂ ਕੋਲ ਬੜੀ ਹੈ। ਅਤੇ ਭਾਅ ਜੀ ਤੁਸੀਂ ਮੈਂ ਇੱਥੇ ਬੰਨ ਦਿਓ ਅਤੇ ਤੁਸੀਂ ਜਨਾਬ ਹੋਰਾਂ ਮੇਰੇ ਕੋਲ ਆ ਜਾਓ ਅਤੇ ਇਸ ਮੈਂ ਦਾ ਜਿਹੜਾ ਕਲੀਅਰ ਕੱਟ ਗੱਲ ਹੈ ਉਹ ਸਾਨੂੰ ਤੁਸੀਂ ਦੱਸਣੀ ਹੈ ਵੀ ਇਹਦਾ ਜਨਾਬ ਆਪਣਾ ਕੀ ਹਿਸਾਬ ਕਿਤਾਬ ਹੈ। ਬਸ ਇੱਥੇ ਬੰਨ ਦਿਓ ਜੀ, ਬੰਦ ਬੰਦ ਬੰਦ, ਆ ਜਾਓ ਆ ਜਾਓ ਆ ਜਾਓ ਆ ਜਾਓ। ਬਸ ਇਹ ਨਿਕਲ ਜਾਂਦੀ। ਅਸਲਾਮ ਅਲੈਕਮ ਜੀ। ਵਾਲੇਕਮ ਅਸਲਾਮ ਜੀ। ਅੱਛਾ ਭਾਈ ਸਾਹਿਬ, ਤੋਂ ਪਹਿਲਾਂ ਦਾ ਨਾਂ ਦੱਸਣਾ ਜੀ? ਮੇਰਾ ਨਾਂ ਜੀ ਮੁਹੰਮਦ ਅਮਾਨੁੱਲਾ। ਭਾਈ ਮਾਨੁੱਲਾ, ਮੈਂ ਜਨਾਬ ਤੁਹਾਡੀ ਵਿਖਾਈ ਹੈ, ਮੈਨੂੰ ਇਹ ਤੁਸੀਂ ਦੱਸਣਾ ਵੀ ਇਹ ਕਿਨਵਾਂ ਸੁਬਾ ਸੁਵੇਗੀ? ਸਾਰੇ ਤੀਸਰਾ ਸੁਬਾ ਸਾਡੇ ਕੋਲ। ਅੱਛਾ, ਤੀਜਾ ਸੁਬਾ ਹੀ ਤੁਹਾਡੇ ਕੋਲ ਸੁਵੇਗੀ? ਜੀ, ਇਹ ਸਾਡੀ ਜ਼ਾਤੀ ਘਰ ਦੀ, ਮੈਂ ਤੇ ਤੀਸਰਾ ਸੁਬਾ ਜਨਾਬ ਦਾ। ਅੱਛਾ, ਤੇ ਇਹ ਪਿਛਲੇ ਸੁਬਾ ਕਿੰਨਾ ਦੁੱਧ ਕਰਦੀ ਰਹੀ ਹੈ? ਤਕਰੀਬਨ 12 ਲੀਟਰ ਚੋਂਦੇ ਰਹੇ ਜਨਾਬ ਅਸੀਂ। 12 ਲੀਟਰ ਦੁੱਧ ਚੋਂਦੇ ਰਹੇ ਜੀ, ਕੀ ਪਾ ਕੇ? ਸਾਰੇ ਆਪਣਾ ਤੂੜੀ ਤਾੜੀ ਦੇ, ਯਾਨੀ ਕਿ ਪੱਠੇ ਪਾਈਦੇ ਆ, ਨਾਲ ਕੋਈ ਥੋੜ੍ਹੀ ਛੋਟੀ ਬਹੁਤ ਵੰਡਾ ਯਾਨੀ ਕਿ ਉਹ ਵੀ ਪਾਈਦਾ ਇਹਦੇ 'ਚ, ਠੀਕ ਆ। ਅਤੇ ਬਾਕੀ ਅੱਗੇ ਹੁਣ ਜਿੰਨੀ ਸੇਵਾ ਜਿਹੜੀ ਜਿਹੜਾ ਕਰੂਗਾ, ਅੱਲਾ ਕਰੇ ਹੋ ਸਕਦਾ ਕਿ ਉਹਦੀ ਕਿਸਮਤ ਨੂੰ ਵੱਧ ਵੀ ਜਾਵੇ, ਵਧਾ ਵੀ ਸਕਦੀ ਹੈ, ਲੇਕਿਨ ਅਸੀਂ ਇਹਦੇ ਥੱਲੋਂ 12 ਲੀਟਰ ਚੋਂਦੇ ਰਹੇ। ਠੀਕ ਹੋ ਗਿਆ। ਹੁਣ ਜਨਾਬ ਤੁਸੀਂ ਮੈਨੂੰ ਇਹਦੇ ਫਾਈਨਲ ਫਾਈਨਲ ਪੈਸੇ ਦੱਸਣੇ ਨੇ, ਜ਼ਿਆਦਾ ਨਹੀਂ ਦੱਸਣੇ? ਇਹ ਸਾਰੇ ਦੇ ਫਾਈਨਲ ਪੈਸੇ ਜਿਹੜੇ ਨਾ ਉਹ 230 ਆ। 230 ਭਲਾ ਜ਼ਿਆਦਾ ਨਹੀਂ? ਨਹੀਂ, 230 ਆ, ਅਤੇ ਜੇ ਅਗਰ ਤੁਸੀਂ ਲਓਗੇ ਤਾਂ ਕੋਈ ਥੋੜ੍ਹਾ ਬਹੁਤ ਪਿਆਰ ਮੁਹੱਬਤ ਕਰ ਲਵਾਂਗੇ, ਲੇਕਿਨ ਫਾਈਨਲ ਜਿਹੜਾ 230 ਆ। ਚਲੋ ਇਹਦੇ ਵਿੱਚ ਮਾੜਾ ਜਿਹਾ ਕਰ ਲਵਿਆ ਜੇ, ਅਤੇ ਨੰਬਰ ਜਨਾਬ ਲਾਵਾਂਗਾ ਡਿਸਕ੍ਰਿਪਸ਼ਨ ਦੇ ਵਿੱਚ। ਨੰਬਰ ਮੇਰਾ 0372927928, 0300-7927-2728। ਇਹ ਜਨਾਬ ਮੇਰਾ ਵਟਸਐਪ ਅਤੇ ਈਮੇਲ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਰਨੀ ਹੈ ਕਾਲ। ਅਤੇ ਇਹ ਜਨਾਬ ਮੈਂ ਰੋਕ ਲਵਾਂਗਾ, ਅਤੇ ਮੈਂ ਉਮੀਦ ਕਰਾਂਗਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ। ਅਤੇ ਮੇਰੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਮਿਲਣੇ ਆ ਜਨਾਬ ਅਗਲੀ ਵੀਡੀਓ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।